ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੂਸੇਵਾਲੇ ਦੀ ਮਾਤਾ ਚਰਨਕੌਰ ਦਾ 골ਡ ਮੈਡਲ ਅਤੇ ਸ਼ੁਭਦੀਪ ਮਮਤਾ ਐਵਾਰਡ ਦੇ ਨਾਲ ਕੀਤਾ ਗਿਆ ਸਨਮਾਨ ਮਾਲਵਾ ਸੱਭਿਆਚਾਰ ਮੰਚ ਦੇ ਵੱਲੋਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ 바ਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਮਲਕੀਰ ਸਿੰਘ ਰਾਖਾ ਦੀ ਗਵਾਈ ਚੁ ਸਮੂਹ ਆਉਦੇਦਾਰਾਂ ਨੇ ਪਿੰਡ ਮੂਸਾ ਵਿਖੇ ਪਹੁੰਚ ਕੇ ਸਿੱਧੂ ਮਾਤਾ ਵਾਲੇ ਦੀ ਮਾਤਾ ਦਾ 골ਡ ਮੈਡਲ ਅਤੇ ਸ਼ੁਭਦੀਪ ਮਮਤਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਇਸ ਮੌਕੇ ਮੰਚ ਦੇ ਚੇਅਰਮੈਨ ਕ੍ਰਿਸ਼ਨ 바ਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੂਟਲੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਹ ਹੀਰਾ ਸੀ ਜਿਸ ਨੇ ਪੂਰੀ ਦੁਨੀਆ ਵਿੱਚ ਮਾਨਸੇ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਨਾਮ ਚਮਕਾਇਆ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਝੰਡਾ ਪੂਰੀ ਦੁਨੀਆ 'ਚ ਬੁਲੰਦ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਪੰਜਾਬੀ ਅਦਾਕਾਰਾ ਸਰਗੁਣ ਮਹਤਾਪਤੀ ਰਵੀ ਦੂਬੇ ਨਾਲ ਸ਼੍ਰੀ ਦਰਬਾਰ ਸਾਹਿਬ ਹੋਈ ਨਤਮਸਤਕ ਪੰਜਾਬੀ ਅਦਾਕਾਰਾ ਸਰਗੁਣ ਮੈਂ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਆਪਣੇ ਪਤੀ ਰਵੀ ਦੂਬੇ ਨਾਲ ਇੱਥੇ ਪਹੁੰਚੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਭੂਖ ਚੜਦੀ ਕਲਾ ਦੇ ਵਿੱਚ ਉਸ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਦੂਜੇ ਪਾਸੇ ਰਵੀ ਦੂਬੇ ਨੇ ਕਿਹਾ ਕਿ ਇੱਥੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਹਨ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਪੋਤਾ ਬੋਲਦਾ ਕਹਿ ਕੇ ਕੈਨੇਡਾ ਤੋਂ ਨੌ ਸਰਬਾਜਾਂ ਨੇ ਕੀਤੀ ਕਾਲ ਮਾਲਕ ਨਾਲ ਝਗੜਾ ਹੋਣ ਦੀ ਗੱਲ ਬੋਲ ਕੇ ਕਰਵਾਏ 7 ਲੱਖ ਟ੍ਰਾਂਸਫਰ ਨੌਸਰਬਾਦ ਗਰੁੱਪ ਦੇ ਮੈਂਬਰਾਂ ਨੇ ਵਟਸਐਪ ਤੇ ਖੁਦ ਨੂੰ ਕੈਨੇਡਾ ਵਾਲਾ ਪੁੱਤਾ ਦੱਸ ਕੇ ਲੁੜਿਆਣਾ ਦੇ ਕ੍ਰਿਸ਼ਨਨਗਰ ਦੇ ਰਹਿਣ ਵਾਲੇ ਹਰਨੇਕ ਸਿੰਘ ਦੇ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ਉਸਦੇ ਪੁੱਤੇ ਪੁਨੀਤ ਦਾ ਕੈਨੇਡਾ ਦੇ ਵਿੱਚ ਝਗੜਾ ਹੋ ਗਿਆ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਲੱਖ ਰੁਪਏ ਦਾ ਖਰਚਾ ਹੋਵੇਗਾ ਨੌਸਰਬਾਦ ਜਾਣੇ ਇਸ ਮਾਮਲੇ ਦੀ ਸੂਚਨਾ ਮਿਲਦੀ ਹੈ ਪੁਲਿਸ 18 ਡਿਵੀਜ਼ਨ ਅੱਠ ਦੀ ਪੁਲਿਸ ਨੂੰ ਤੁਰੰਤ ਸ਼ਿਕਾਇਤ ਕੀਤੀ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਹਰਨੇਕ ਸਿੰਘ ਨੇ ਕ੍ਰਾਸ ਚੈੱਕ ਕਰਨ ਲਈ ਪੋਤੇ ਪੁਨੀਤ ਨੂੰ ਫੋਨ ਕੀਤਾ ਉਸਨੇ ਦੱਸਿਆ ਕਿ ਉਸਦਾ ਕੋਈ ਝਗੜਾ ਨਹੀਂ ਹੋਇਆ ਇਸ ਮਾਮਲੇ 'ਚ ਹਰਨੇਕ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ 'ਚ ਫਲੋਰ ਦੀ ਪੰਜਾਬ ਪੁਲਿਸ ਅਕੈਡਮੀ ਖੁੱਲੇ ਵੱਡੇ ਰਾਜ ਨਸ਼ੇ ਦੀ ਨਾਜਾਇਜ਼ ਕਾਰੋਬਾਰ ਸਬੰਧੀ ਪੰਜਾਬ ਪੁਲਿਸ ਅਕੈਡਮੀ ਚ ਇੱਕ ਵਾਰ ਫਿਰ ਚਰਚਾ ਚੁਆ ਪੁਲਿਸ ਅਕੈਡਮੀ ਚ ਤਾਇਨਾਤ ਪੁਲਿਸ ਅਧਿਕਾਰੀ ਹੀ ਤੜਲੇ ਦੇ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਵਾ ਰਹੇ ਹਨ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੀ ਪੁਲਿਸ ਅਧਿਕਾਰੀ ਅਤੇ ਖਰੀਦ ਕੇ ਪੀਣ ਵਾਲੇ ਵੀ ਟ੍ਰੇਨਿੰਗ ਲੈਣ ਵਾਲੇ ਹਨ ਨਾਜਾਇਜ਼ ਖਰਾਬ ਦੇ ਕਾਰੋਬਾਰ ਤੋਂ ਪਰਦਾ ਉਠਿਆ ਤਾਂ ਮੁਕਦਮਾ ਦਰਜ ਕਰ ਦਿੱਤਾ ਗਿਆ ਅਕੈਡਮੀ ਦੇ ਅੰਦਰ ਪ੍ਰਾਈਵੇਟ ਤੌਰ ਤੇ ਧੂਵੀ ਦਾ ਕੰਮ ਕਰਨ ਵਾਲੇ ਦੋ ਮੁੰਡੇ ਨਾਜਾਇਜ਼ ਸ਼ਰਾਬ ਵੇਚਣ ਦੇ ਜੁਰਮ ਚੋਂ ਫੜੇ ਗਏ ਹਨ ਪਿਛਲੇ 10 ਸਾਲਾਂ ਤੋਂ ਪ੍ਰਾਈਵੇਟ ਤੌਰ ਤੇ ਕੱਪੜੇ ਪ੍ਰੈਸ ਕਰਨ ਦਾ ਕੰਮ ਕਰਨ ਵਾਲੇ ਜਤਿੰਦਰ ਕੁਮਾਰ ਤੇ ਵਿੱਕੀ ਨੇ ਜ਼ਮਾਨਤ ਦੇ ਬਾਹਰ ਆ ਕੇ ਦੱਸਿਆ ਕਿ ਪੁਲਿਸ ਅਕੈਡਮੀ ਦੇ ਅੰਦਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜਦੋਂ ਤੋਂ ਉਹ 10 ਸਾਲ ਪਹਿਲਾਂ ਲੱਗੇ ਸਨ ਉਦੋਂ ਤੋਂ ਹੀ ਚੱਲਦਾ ਆ ਰਿਹਾ ਹੈ। ਸੂਬੇ ਦੇ ਵਿੱਚ ਜਾਇਦਾਦ ਵੇਚ ਕੇ ਵਿਦੇਸ਼ ਜਾ ਕੇ ਵਸੇ ਸਾਬਕਾ ਡੀਜੀਪੀ ਚਰਚਾ ਚੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਦਿੱਤੀ ਇਸ ਦੇ ਬਾਰੇ ਜਾਣਕਾਰੀ ਪਰ ਉਸ ਤੋਂ ਪਹਿਲਾਂ ਨੀਕੀ ਦੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਵਿਜੀਲੈਂਸ ਬਿਊਰੋ ਦਰਜਨਾਂ ਤੋਂ ਵੱਧ ਸਾਬਕਾ ਮੰਤਰੀ ਸਾਬਕਾ ਵਿਧਾਇਕਾਂ ਤੇ ਸਾਬਕਾ ਆਈਐਸ ਅਧਿਕਾਰੀਆਂ ਦੀ ਜਾਇਦਾਦ ਦੀ ਜਾਂਚ ਕਰ ਰਹੀ ਹੈ ਵਿਜੀਲੈਂਸ ਦਾ ਕਹਿਣਾ ਹੈ ਕਿ ਇਨ੍ਹਾਂ ਜਾਇਦਾਦ ਦੀਆਂ ਟੀਮਾਂ ਦੀ ਜਾਂਚ ਸੰਬੰਧੀ ਕੰਮ ਅੰਤਮ ਪੜਾਅ ਤੇ ਇਹ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਣੀ ਇਸ ਦੌਰਾਨ ਵਿਜੀਲੈਂਸ ਇੱਕ ਸਾਬਕਾ ਡੀਜੀਪੀ ਵਿਰੁੱਧ ਵੀ ਸ਼ਿਕਾਇਤ ਤੇ ਜਾਂਚ ਦੀ ਤਿਆਰੀ ਕੀਤੀ ਗਈ ਪਰ ਇਸ ਦੀ ਪਿੰਕ ਲੱਗੀ ਉਸ ਦੀ ਸਾਰੀ ਜਾਇਦਾਦ ਵੇਚ ਦਿੱਤੀ ਤੇ ਵਿਦੇਸ਼ ਵਿੱਚ ਵਸ ਗਏ ਸਾਬਕਾ ਡੀਜੀਪੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਚੇਅਰਮੈਨ ਦੀ ਦੌੜ ਵਿੱਚ ਅੱਗੇ ਸਨ ਵਿਦੇਸ਼ ਦੇ ਵਿੱਚ ਰਹਿੰਦੇ ਸਾਬਕਾ ਡੀਜੀਪੀ ਕਾਂਗਰਸ ਸਰਕਾਰ ਦੇ ਕਈ ਮੰਤਰੀਆਂ ਵਾਧਾ ਇੱਕਾਂ ਤੇ ਅਧਿਕਾਰੀਆਂ ਦੇ ਚੇਤੇ ਸਨ ਪਿਛਲੀ ਸਰਕਾਰ ਨੇ ਉਹਨਾਂ ਨੂੰ ਕਈ ਅਹਿਮ ਮੌਦਿਆਂ ਤੇ ਲਾਇਆ ਸੀ ਭਾਰਤ ਦੇ ਸੂਬੇ ਚ ਨਹੀਂ ਲਾਗੂ ਇਨਕਮ ਟੈਕਸ ਕਾਨੂੰਨ ਕਰੋੜਾਂ ਦੀ ਕਮਾਈ ਤੇ ਵੀ ਨਹੀਂ ਲਾਇਆ ਜਾਂਦਾ ਟੈਕਸ ਤੁਸੀਂ ਜਾਣਦੇ ਹੋ ਭਾਰਤ ਦੇ ਵਿੱਚ ਇੱਕ ਅਜਿਹਾ ਸੂਬਾ ਜਿੱਥੇ ਲੋਕਾਂ ਤੋਂ ਇਨਕਮ ਟੈਕਸ ਵਜੋਂ 1 ਰੁਪਿਆ ਵੀ ਨਹੀਂ ਵਸੂਲਿਆ ਜਾਂਦਾ ਤੁਸੀਂ ਠੀਕ ਸੁਣ ਰਹੇ ਹੋ ਜੀ ਜੇ ਉਸ ਰਾਜ ਦੇ ਲੋਕਾਂ ਦੀ ਆਮਦਨ ਕਰੋੜਾਂ ਰੁਪਏ ਵੀ ਹੋਵੇ ਤਾਂ ਉਸ ਤੋਂ ਆਮਦਨ ਕਰ ਵਿਭਾਗ ਉਹਨਾਂ ਤੋਂ 1 ਰੁਪਿਆ ਨਹੀਂ ਵਸੂਲਦਾ ਇਹ ਸੂਬਾ ਹੈ ਸਿੱਕਮ ਸਿੱਕਮ ਦੇ ਮੂਲ ਨਿਵਾਸੀਆਂ ਨੂੰ ਇਨਕਮ ਟੈਕਸ ਐਕਟ ਦੇ ਤਹਿਤ ਛੋਟ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਫੈਸਲਾ ਸੁਣਾਇਆ ਸਿੱਕਮ ਦੇ ਲਗਭਗ 59% ਲੋਕ ਇਸ ਜੋੜ ਦਾ ਲਾਭ ਲੈਂਦੇ ਨੇ ਪਹਿਲਾਂ ਛੋਟ ਕੇਵਲ ਸਿੱਕਮ ਸਬਜੈਕਟ ਸਰਟੀਫਿਕੇਟ ਰੱਖਣ ਵਾਲਿਆਂ ਨੂੰ ਦਿੱਤੀ ਜਾਂਦੀ ਸੀ ਸਾਲ 1950 'ਚ ਭਾਰਤ ਨੇ ਸਿੱਕਮ ਨਾਲ ਸ਼ਾਂਤੀ ਸਮਝੌਤਾ ਕੀਤਾ ਜਿਸ ਦੇ ਅਧੀਨ ਸਿੱਕਮ ਭਾਰਤ ਦੀ ਸੁਰੱਖਿਆ ਹੇਠ ਆ ਗਿਆ ਫਿਰ 1975 ਦੇ ਸਮੇਂ ਇਸ ਨੂੰ ਪੂਰੀ ਤਰ੍ਹਾਂ ਮਲਾ ਦਿੱਤਾ ਗਿਆ ਸਿੱਕਮ ਵਿੱਚ ਚੋਗਿਆਲ ਰਾ ਚੱਲ ਰਿਹਾ ਹੈ 1948 ਵਿੱਚ ਸਿੱਕਮ ਇਨਕਮ ਟੈਕਸ ਮੈਨੂਅਲ ਜਾਰੀ ਕੀਤਾ ਜੋ ਕਿ ਭਾਰਤ ਵਿੱਚ ਮਲਾਇਆ ਗਿਆ ਸ਼ਰਤ ਰੱਖੀ ਗਈ ਸੀ ਕਿ ਸਿੱਕਮ ਦੇ ਲੋਕਾਂ ਨੂੰ ਆਮਦਨ ਕਰ ਤੋਂ ਛੋਟ ਦਿੱਤੀ ਜਾਵੇਗੀ ਯੂਕੇ ਦੇ ਵਿੱਚ ਫਟਿਆ ਦੂਜੀ ਵਿਸ਼ਵ ਜੰਗ ਦਾ ਬੰਬ 24 ਕਿਲੋਮੀਟਰ ਤੱਕ ਸੁਣੀ ਆਵਾਜ਼ ਕਈ ਘਰਾਂ ਦੇ ਕਾਰ ਅਤੇ ਸ਼ੀਸ਼ੇ ਚੱਕਣਾ ਚੂਰ ਇੰਗਲੈਂਡ ਦੀ ਗ੍ਰੇਟ ਯਾਰ ਮਾਉਥ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸੈਂਕੜ ਵਾਰਲਡ ਵਾਰ ਵੇਲੇ ਦਾ ਬੰਬ ਮਿਲਿਆ ਜੋ ਕਿ ਡਿਫਿਊਜ਼ ਕੀਤੇ ਜਾਣ ਤੋਂ ਪਹਿਲਾਂ ਫਟ ਗਿਆ ਕreturnData ਸ਼ਾਮ 5 ਵਜੇ ਵਾਪਰੀ ਬੰਬ ਧਮਾਕੇ ਦੀ ਆਵਾਜ਼ 15 ਮੀਲ ਜਾਨੀ ਕਿ 24 ਕਿਲੋਮੀਟਰ ਤੱਕ ਸੁਣਾਈ ਦਿੱਤੀ ਪੁਲਿਸ ਮੁਤਾਬਕ ਬੰਬ ਧਮਾਕੇ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸਾਰੇ ਲੋਕ ਸੁਰੱਖਿਅਤ ਹਨ ਏਰੀਆ ਕਮਾਂਡਰ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਕਈ ਘਰਾਂ ਦੇ ਤੇਕਾਰਾਂ ਦੇ ਸ਼ੀਸ਼ੇ ਚੱਕਣਾ ਚੂਰ ਹੋ ਗਏ ਨੇ ਪੁਲਿਸ ਦੀ ਬਾਉਂਡਰੀ ਵੀ ਡੈਮੇਜ ਹੋ ਗਈ ਹੈ ਰਿਪੋਰਟ ਦੇ ਮੁਤਾਬਕ ਦੋ ਗੈਸ ਪਾਈਪਲਾਈਨਾਂ ਦੇ ਨੇੜੇ ਬੰਬ ਹੋਣ ਦੀ ਸੂਚਨਾ ਮੰਗਲਵਾਰ ਨੂੰ ਮਿਲੀ ਇਸ ਤੋਂ ਬਾਅਦ ਬੰਬ ਦੇ ਨੇੜੇ 400 ਮੀਟਰ ਦੀ ਦੂਰੀ ਤੇ ਪੁਲਿਸ ਐਮਰਜੈਂਸੀ ਸੇਵਾਵਾਂ ਤੇ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹਾਲਾਂਕਿ ਬੰਬ ਧਮਾਕੇ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਗਿਆ ਹੈ ਖਬਰ ਪਟਿਆਲਾ ਤੋਂ ਜਿੱਥੇ ਹਾਦਸੇ ਵਿੱਚ ਮ੍ਰਿਤਕ ਦਾ ਸਿਰ ਲੈ ਕੇ ਮੁੱਲ ਨਾਲ ਲੈ ਕੇ ਮਲਜਮ ਨਹੀਂ ਹੋਈ ਗ੍ਰਿਫਤਾਰੀ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਰੋਡ ਤੋਂ ਥਾਪਰ ਕਾਲਜ ਰੋਡ ਤੋਂ ਬੇਹੱਦ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਪਰ ਕਾਲਜ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਖਤਰਨਾਕ ਹਾਦਸੇ 'ਚ ਕਾਰ ਵੱਲੋਂ ਇੱਕ ਸਾਈਕਲ ਸਵਾਰ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਜਿਸ ਨਾਲ ਸਾਈਕਲ ਸਵਾਰ ਕਾਰ ਦੇ ਸ਼ੀਸ਼ੇ 'ਚ ਵੱਜਿਆ ਤੇ ਉਸ ਦਾ ਸਿਰ ਗੱਡ ਕੇ ਕੱਟੀ ਗੱਡੀ ਦੇ ਵਿੱਚ ਹੀ ਡਿੱਗ ਗਿਆ ਜਿਸ ਮਗਰੋਂ ਦੋਵੇਂ ਗੱਡੀਆਂ ਦੇ ਦੋ ਚੀਕ ਸਾਈਕਲ ਸਵਾਰ ਮਰਤਕ ਦਾ ਸਿਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸੀਬੀਐਸਸੀ ਨੇ ਜਾਰੀ ਕੀਤੇ ਸਖਤ ਹੁਕਮ ਜੇ ਕੀਤੀ ਗਈ ਇਹ ਗਲਤੀ ਤਾਂ ਦੇਣਾ ਪਵੇਗਾ ਜੁਰਮਾਨਾ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਇਸ ਵਾਰ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਸੰਬੰਧੀ ਕਈ ਸਖਤ ਫੈਸਲੇ ਲਏ ਹਨ ਇਸੇ ਲੜੀ ਤਹਿਤ ਅਨਸਰ ਸ਼ੀਟਾਂ ਦੇ ਮੁਲਾਂਕਣ ਸੰਬੰਧੀ ਸਾਰੇ ਸਕੂਲਾਂ ਨੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜੇਕਰ ਐਗਜ਼ਾਮੀਨਰ ਵੱਲੋਂ ਅਨਸਰ ਸ਼ੀਟਾਂ ਦੇ ਮੁਲਾਂਕਣ 'ਚ ਕੋਈ ਗਲਤੀ ਕੀਤੀ ਜਾਂਦੀ ਤਾਂ ਉਸ ਲਈ ਬੋਰਡ ਵੱਲੋਂ ਉਸ ਨੂੰ ਜੁਰਮਾਨਾ ਲਾਉਣ ਦੇ ਨਾਲ-ਨਾਲ ਭਵਿੱਖ 'ਚ ਉਸ ਨੂੰ ਪ੍ਰੀਖਿਆ ਮੁਲਾਂਕਣ 'ਚ ਸ਼ਾਮਲ ਕਰਨ ਤੇ ਵੀ پابੰਦੀ ਲਾਈ ਜਾ ਸਕਦੀ ਹੈ 10ਵੀਂ 12ਵੀਂ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਣਗੀਆਂ 10ਵੀਂ ਮੁੱਖ ਵਿਸ਼ੇ ਦੀ ਪ੍ਰੀਖਿਆ 27 ਫਰਵਰੀ ਨੂੰ ਅੰਗਰੇਜ਼ੀ ਤੋਂ ਸ਼ੁਰੂ ਹੋਵੇਗੀ ਤੇ 12ਵੀਂ ਬੋਰਡ ਦੀ ਪ੍ਰੀਖਿਆ 18 ਫਰਵਰੀ ਨੂੰ ਹਿੰਦੀ ਦੇ ਵਿਸ਼ੇ ਨਾਲ ਸ਼ੁਰੂ ਹੋਵੇਗੀ। ਪ੍ਰੀਖਿਆ ਖਤਮ ਹੋਣ ਤੋਂ 4 ਦਿਨਾਂ ਬਾਅਦ ਮੁਲਾਂਕਣ ਬੋਰਡ ਮੁਤਾਬਕ ਪ੍ਰੀਖਿਆ ਖਤਮ ਹੋਣ ਤੋਂ 4 ਦਿਨਾਂ ਬਾਅਦ ਮੁਲਾਂਕਣ ਸ਼ੁਰੂ ਹੋ ਜਾਵੇਗਾ। ਬੋਰਡ ਵੱਲੋਂ ਹਰ ਸਕੂਲ ਤੋਂ ਪ੍ਰੀਖਿਆਕਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਜਾਰੀ ਨਿਸ਼ਾ ਨਿਰਦੇਸ਼ਾਂ ਚੁਕਿਹਾ ਗਿਆ ਕਿ ਆਨਸਰ ਸ਼ੀਟਾਂ ਦਾ ਗਲਤ ਮੁਲਾਂਕਣ ਕਰਨ ਵਾਲੇ ਅਧਿਕਾਰੀਆਂ ਤੇ ਜੁਰਮਾਨਾ ਲੱਗੇਗਾ। ਦੋ ਪੜਾਵਾਂ ਦੇ ਵਿੱਚ ਜਾਂਚ ਤੋਂ ਚਾਰ ਪੜਾਵਾਂ ਤੇ ਹੋਵੇਗਾ ਅੰਕਾਂ ਦਾ ਮਿਲਾਨ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਨਕ ਯੋਜਨਾ ਚ ਲੱਗਾ ਭਾਰੀ ਕਟ ਪੰਜਾਬ ਦੇ ਵਿੱਚ ਮਰਜੀ ਹਹਾਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕਾਰਡ ਧਾਰੀ ਪਰਿਵਾਰਾਂ ਵਿੱਚ ਵੰਡੀ ਜਾਣ ਵਾਲੀ ਕਨਕ ਯੋਜਨਾ ਨੂੰ ਲੱਗੇ ਭਾਰੀ ਕਟ ਕਰਨ ਪੰਜਾਬ ਪਰ ਦੇ ਡਿਪੂ ਹੋਲਡਰਾਂ ਚ ਹਹਾਕਾਰ ਮਚ ਗਈ ਹੈ ਜਾਣਕਾਰੀ ਦੇ ਮੁਤਾਬਕ ਸਰਕਾਰ ਵੱਲੋਂ ਕਣਕ ਤੇ ਲਾਏ ਗਏ ਕਰੀਬ 30 ਫੀਸਦੀ ਦੇ ਭਾਰੀ ਕਟ ਦੇ ਵਿਰੋਧ ਵਿੱਚ ਵੱਖ-ਵੱਖ ਡੀਪੂ ਹੋਲਡਰ ਐਸੋਸੀਏਸ਼ਨਾਂ ਦੇ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਪੱਤਰ ਸੌਂਪਿਆ ਗਿਆ ਤੇ ਸਮੱਸਿਆ ਦੇ ਤੁਰੰਤ ਹੱਲ ਦੇ ਲਈ ਮੁੱਦਾ ਚੱਕਿਆ ਗਿਆ ਹੈ ਆਲ ਇੰਡੀਆ ਫੇਰ ਪ੍ਰਾਈਸ ਸ਼ਾਪ ਡੀਲਰ ਫੈਡਰੇਸ਼ਨ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਯੋਜਨਾ ਤੇ ਲਾਏ ਗਏ ਕਰੀਬ 30 ਫੀਸਦੀ ਦੇ ਭਾਰੀ ਕਟ ਕਰਨ ਰਾਸ਼ਨ ਡਿਪੂ ਤੇ ਕਣਕ ਵੰਡਨ ਦੌਰਾਨ ਹਰ ਡਿਪੂ ਹੋਲਡਰ ਦੇ ਲਾਭਪਾਤਰ ਪਰਿਵਾਰਾਂ ਨੂੰ ਭਾਰੀ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਇਸ ਉਪਾਤਪਾ ਨੇਤਾ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ ਖਬਰ ਪਟਿਆਲਾ ਨਿਊਜ਼ ਹੈ ਜੀ ਪਟਿਆਲਾ ਤਵਾਰੀਆ ਬਿਆਦਵੀ ਤੇ ਗੋਲੀकांड ਚ ਕੇਰੀ ਭਗਵੰਤ ਮਾਨ ਸਰਕਾਰ ਪਾਰਟੀ ਦੇ ਸੀਨੀਅਰ ਲੀਡਰ ਨੇ ਦਿੱਤਾ ਅਸਤੀਫਾ ਬਹਿਬਲ ਕਲਾ ਕੋਟਪੂਰਾ ਗੋਲੀकांड ਬਰਗਾੜੀ ਦੇ ਆਦਮੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਰਕੇ ਭਗਵੰਤ ਮਾਨ ਸਰਕਾਰ ਕ诉ਤੀ ਕਰਦੀ ਜਾ ਰਹੀ ਹੈ ਜੇ ਇੱਕ ਪਾਸੇ ਜਿੱਥੇ ਸਿੱਖ ਜਥੇਬੰਦੀਆਂ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਮੈਦਾਨ 'ਚ ਆਗੀਆਂ ਨੇ ਉੱਥੇ ਪਾਰਟੀ ਦੇ ਅੰਦਰ ਉਹ ਵੀ ਰੋਸ ਲੱਗਣ ਲੱਗਾ ਹੈ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਵਿਕਸ਼ਨ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਐਡਵੋਕੇਟ ਕਿਸ਼ਨ ਸਿੰਘ ਨੇ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਸਤੀਫਾ ਭੇਜ ਦਿੱਤਾ ਹੈ। ਖਬਰ ਜਲੰਧਰ ਤੋਂ ਆ ਰਹੀ ਹੈ ਜਿ ਜਿਮਣੀ ਚੋਣਾਂ ਨੂੰ ਲੈ ਕੇ ਕਾਂਗਰਸ ਦੋ ਪਾੜ ਇੱਕ ਤੜਾ ਚੰਨੀ ਦੂਜਾ ਤੜਾ ਸੰਤੋਖ ਚੌਧਰੀ ਦੀ ਪਤਨੀ ਦੇ ਹੱਕ 'ਚ ਪੰਜਾਬ ਦੇ ਜਲੰਧਰ ਵਿੱਚ ਲੋਕ ਸਭਾ ਜਿਮਣੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਆ ਕਾਂਗਰਸ ਦਾ ਇੱਕ ਤੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜੋਨ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਅਤੇ ਦੂਜਾ ਪਾਸਾ ਧੜਾ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿਵਾਉਣ ਦੇ ਹੱਕ ਵਿੱਚ ਲਗਾਤਾਰ ਯਤਨਸ਼ੀਲ ਹੈ ਦੱਸਦੀ ਹੈ ਕਿ ਇਹਨਾਂ ਦੋਵਾਂ ਵਿਚਾਲੇ ਮਹਿੰਦਰ ਕੇਪੀ ਵੀ ਦਾਅਵੇਦਾਰ ਨਜ਼ਰ ਆ ਰਹੇ ਨੇ ਇਹਨਾਂ ਦੋਵਾਂ ਧੜਿਆਂ ਦੀ ਕਸ਼ਮਕਸ਼ ਵਿੱਚ ਕਾਂਗਰਸ ਇੱਕਜੁੱਟ ਹੁੰਦੀ ਨਜ਼ਰ ਨਹੀਂ ਆ ਰਹੀ ਚਰਜਿਤ ਚੰਨੀ ਦੇ ਹੱਕ ਵਿੱਚ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਫੁਰਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਰਾਜਿੰਦਰ ਸਿੰਘ 베ਰੀ ਹਨ ਬਠਿੰਡਾ ਚੋਂ ਬੇਕਾਬੂ ਹੋ ਕੇ ਪਲਟੀ ਯਾਤਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਮੋਦੀ ਅਡਾਨੀ ਕਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਕਟਾਲਾ ਸੋ ਪੰਜਾਬ ਜੂ ਐਨ ਜੀਟੀ ਦੀ ਵੱਡੀ ਕਾਰਵਾਈ 85 ਅਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਸੋ ਮੌੜ ਬਠਿੰਡਾ ਰੋਡ ਤੇ ਪੀ ਆਰਟੀਸੀ ਦੀ ਬੱਸ ਪਲਟਣ ਨਾਲ ਦੋ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਪ੍ਰਾਪਤ ਵੇਰਵਿਆਂ ਅਨੁਸਾਰ ਬੱਸ ਮਾਨਸਾ ਤੋਂ ਬਠਿੰਡਾ ਜਾ ਰਹੀ ਸੀ ਪਿੰਡ ਕੋਟਫੱਤਾ ਦੇ ਨੇੜੇ ਬੇਕਾਬੂ ਹੋ ਕੇ ਪਲਟ ਗਈ ਬੱਸ ਚਾਲਕ ਮੁਤਾਬਕ ਬੱਸ ਦੇ ਅੱਗੇ ਜਾਰੀ ਇੱਕ ਥਾਰ ਗੱਡੀ ਨੇ ਕੱਟ ਮਾਰ ਦਿੱਤਾ ਦੂਜੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ ਜਿਸ ਕਾਰਨ ਮੋਟਰਸਾਈਕਲ ਨੂੰ ਬਚਾਉਂਦਿਆਂ ਬੱਸ ਬੇਕਾਬੂ ਹੋ ਕੇ ਪਲਟ ਗਈ ਸਟਾਫ ਨਰਸਾਂ ਦੀ 1900 ਤੋਂ ਵੱਧ ਸਾਮੀਆਂ 1.42 ਲੱਖ ਰੁਪਏ ਤੱਕ ਦੀ ਤਨਖਾਹ ਮੈਡੀਕਲ ਦੇ ਵਿਦਿਆਰਥੀਆਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਸੰਜੇ ਗਾਂਧੀ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਖਨਊ ਨੇ ਸਟਾਫ ਨਰਸ ਦੇ ਅਹੁਦੇ ਲਈ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਨੇ ਸੰਜੇ ਗਾਂਧੀ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਖਨਊ ਦੁਆਰਾ ਜਾਰੀ ਸਟਾਫ ਨਰਸ ਦੀ ਭਰਤੀ ਰਾਹੀਂ ਮੁਕੰਮਲ 1974 ਸਟਾਫ ਨਰਸਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਕੈਨੇਡਾ ਐਮਐਲ ਰੀਚਡ ਮੁਕੇਰੀਆਂ ਬ੍ਰੈਪੰਟਨ ਦੇ ਵਿਧਾਇਕ ਦਾ ਵਿਦਿਆਰਥੀਆਂ ਨੂੰ ਸਦਾ ਪੜੋ ਕੈਨੇਡਾ ਦੇ ਸਟੱਡੀ ਵੀਜ਼ੇ ਬਾਰੇ ਕੀ ਬੋਲੇ ਮੁਕੇਰੀਆਂ ਹਸ਼ਿਆਰਪੁਰ ਪਹੁੰਚੇ ਕੈਨੇਡਾ ਬ੍ਰੈਪੰਟਨ ਦੇ ਵਿਧਾਇਕ ਹਰਦੀਪ ਗਰੇਵਾਲ ਨੇ ਪੰਜਾਬ ਦਾ ਨਿੱਜੀ ਦੌਰਾ ਸਾਂਝਾ ਕੀਤਾ ਇੱਥੋਂ ਇੱਕ ਕਾਲਜ ਪਹੁੰਚੇ ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਪ੍ਰਕਿਰਿਆ ਸੌਖੀ ਕੀਤੀ ਗਈ ਹੈ ਵਿਦਿਆਰਥੀ ਕੈਨੇਡਾ ਪੜ੍ਹਾਈ ਕਰਕੇ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਨੇ ਜਾਣਕਾਰੀ ਮੁਤਾਬਕ ਉਹਨਾਂ ਦਾ ਮੁਕੇਰੀਆਂ ਦੇ ਕਾਲਜ ਪਹੁੰਚਣ ਉਪਰੰਤ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਐਸ.ਡੀ.ਪੀ.ਸੀ ਮੈਂਬਰ ਰਵਿੰਦਰ ਸਿੰਘ ਚੱਕ ਵੀ ਮੌਜੂਦ ਸਨ ਕਾਲਜ ਦੇ ਸਟਾਫ ਵੱਲੋਂ ਉਹਨਾਂ ਦਾ ਬਿਸ਼ੇਸ਼ ਧੰਨਵਾਦ ਕੀਤਾ ਗਿਆ ਦੇਸੀ ਛੱਡ ਭਾਰਤੀਆਂ ਚੂ ਵੱਧਿਆ ਮਹੰਗੀ ਸ਼ਰਾਬ ਪੀਣ ਦਾ ਰੁਝਾਨ ਫਰਾਂਸ ਨੂੰ ਪਿੱਛੇ ਛੱਡਦੇ ਸਕੋਚ ਦੀ ਦਰਾਮਤ ਚ ਹੋਇਆ 60% ਦਾ ਇਜ਼ਾਫਾ ਸੋ ਦੇਸ਼ ਦੇ ਲੋਕਾਂ ਵਿੱਚ ਮਹੰਗੀ ਸ਼ਰਾਬ ਪੀਣ ਦਾ ਰੁਝਾਨ ਵਧਦਾ ਜਾ ਰਿਹਾ ਜੀ ਭਾਰਤ ਤੋਂ ਫਰਾਂਸ ਨੂੰ ਪਛਾੜ ਕੇ ਬਰਤਾਨੀਆਂ ਵਿੱਚ ਸਕੋਚ ਵਿਸਕੀ ਲਈ ਸਭ ਤੋਂ ਵੱਡੇ ਬਾਜ਼ਾਰ ਦੇ ਬਜੂ ਉੱਭਰਿਆ ਹੈ 2022 ਚ ਬ੍ਰਿਟੇਨ ਤੋਂ ਭਾਰਤ ਚ ਸਕੋਚ ਵਿਕਸੀ ਦੀ ਦਰਾਮਦ ਵਿੱਚ 60% ਦੀ ਵਾਧਾ ਹੋਇਆ ਹੈ ਭਾਜਪਾ ਪੰਜਾਬ ਵਿੱਚ ਹੀ ਕੈਪਟਨ ਤੇ ਖੇਡਣਾ ਚਾਹੁੰਦੀ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਫਿਲਹਾਲ ਸਿਆਸਤ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ। ਭਾਜਪਾ ਨੂੰ ਸ਼ਾਮਲ ਹੋਣ ਬਾਅਦ ਕੈਪਟਨ ਨੂੰ ਰਾਜਪਾਲ ਬਣਾਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਐਤਵਾਰ ਨੂੰ ਰਾਸ਼ਟਰਪਤੀ ਦਰੋਪਦੀ ਮਰਮੂ ਵੱਲੋਂ ਜਾਰੀ ਹੁਕਮਾਂ ਤੇ ਇਹਨਾਂ ਚਰਚਾਵਾਂ ਤੇ ਵਿਰਾਮ ਲਾ ਦਿੱਤਾ। ਰਾਸ਼ਟਰਪਤੀ ਦਰੋਪਦੀ ਮਰਮੂ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਖਸ਼ਿਆਰੀ ਤੇ ਲਦਾਖ ਦੇ ਐਲਜੀ ਰਾਧਾ ਕ੍ਰਿਸ਼ਨਨ ਨੂੰ ਮਥੁਰਾ ਦੇ ਅਸਤੀਫੇ ਸਵਿਕਾਰ ਕਰ ਲਏ ਤੇ ਉਹਨਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਦੀ ਜ਼ਿੰਮੇਵਾਰੀ ਰਮੇਸ਼ ਬੈਂਸ ਨੂੰ ਸੌਂਪ ਦਿੱਤੀ ਜੋ ਝਾਰਖੰਡ ਦੇ ਰਾਜਪਾਲ ਹਨ ਕਿਸਾਨ ਯੂਨੀਅਨਾਂ ਨੇ ਚਿੱਪ ਵਾਲਾ ਮੀਟਰ ਪੁੱਟਿਆ ਸੋ ਭਾਰਤੀ ਕਿਸਾਨ ਯੂਨੀਅਨ ਨੂੰ ਗਾਂਹਾਂ ਦੇ ਉਗਰਾਹਾਂ ਦੇ ਬਲਾਗ ਪਵਾਨੀਗੜ ਦੇ ਨੇੜਲੇ ਪਿੰਡ ਆਨੰਦਗੜ ਤੋਂ ਬਿਜਲੀ ਵਿਭਾਗ ਵੱਲੋਂ ਪਾਣੀ ਵਾਲੇ ਆਰਓ ਸਿਸਟਮ ਤੇ ਲਾਇਆ ਚਿਪ ਵਾਲਾ ਮੀਟਰ ਪੱਟ ਸੁੱਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਹਸਪਤਾਲ ਚ ਮਰੀਜ਼ ਨੂੰ ਮਿਰਤਕ ਦਸਨ ਮਗਰੋਂ ਮਾਹੌਲਤਨਾਪੁਰ ਪੁਲਿਸ ਜਾਂਚ ਦੇ ਵਿੱਚ ਜੁਟੀ ਹਾਰਸ਼ਾਰਪੁਰ ਦੇ ਪਿੰਡ ਰਾਮਾ ਕਲੋਨੀ ਕੈਂਪ ਚ ਉਸ ਵੇਲੇ ਮਾਹੌਲਤਨਾਪੁਰਨ ਹੋ ਗਿਆ ਪਿੰਡ ਨੰਗਲ ਦੇ ਸ਼ਹੀਦ ਨੰਗਲ ਸ਼ਹੀਦ ਦੇ ਰਹਿਣ ਵਾਲੇ ਮਰੀਜ਼ ਨੂੰ आईबीआई हॉस्पिटल ਵੱਲੋਂ ਮ੍ਰਿਤਕ ਦੱਸ ਦਿੱਤਾ ਗਿਆ ਪਰਿਵਾਰ ਵੱਲੋਂ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਹ ਤੰਦਰੁਸਤ ਹੋ ਗਿਆ ਮਰੀਜ਼ ਬਹਾਦਰ ਸਿੰਘ ਦੇ ਪਰਿਵਾਰ ਤੇ ਪਿੰਡ ਦੀ ਪੰਚਾਇਤ ਵੱਲੋਂ ਆਈਬੀਆਈ ਹਸਪਤਾਲ ਦੇ ਸਾਹਮਣੇ ਪੱਕੇ ਤੌਰ ਤੇ ਤਰਨਾਲਾ ਲਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਜੀ ਉਸ ਨੂੰ ਸ਼ਾਮੀ ਖਾਂਸੀ ਆਈ ਸੀ ਉਸ ਨੂੰ ਦਾਖਲ ਕਰਵਾਤਾ ਡਾਕਟਰਾਂ ਨੇ ਕਿਹਾ ਕਿ ਮੁਰਦਾ ਕਹਿ ਕੇ ਪਰਿਵਾਰ ਨੂੰ ਸੌਂਪ ਦਿੱਤਾ ਜਦੋਂ ਉਹ ਪੀਜੀਆਈ ਲੈ ਕੇ ਗਿਆ ਤੇ ਇੱਕ ਦਿਨ ਦੇ ਵਿੱਚ ਤੰਦਰੁਸਤ ਹੋ ਕੇ ਵਾਪਸ ਤਰਨੇ ਦੇ ਵਿੱਚ ਆ ਕੇ ਸਹੀ ਸਲਾਮਤ ਬੈਠ ਗਿਆ ਜਯਾਵਚਨ ਨੇ ਉਪ ਰਾਸ਼ਟਰਪਤੀ ਜਗਦੀਪ ਤੰਦਖੜ ਨੂੰ ਵਿਖਾਈ ਉਂਗਲੀ ਰਾਜ ਸਭਾ ਦੀ ਕਾਰਵਾਈ ਦੌਰਾਨ ਵਾਪਰੀ ਘਟਨਾ ਬਾਲੀਵੁੱਡ ਅਦਾਕਾਰਾਂ ਨੇ ਰਾਜ ਸਭਾ ਮੈਂਬਰ ਜਯਾਵਚਨ ਅਕਸਰ ਪਾਪਰਾਜ਼ੀ ਤੇ ਕਦੇ ਦਾ ਪ੍ਰਸ਼ੰਸਕ ਕਰਦੇ ਆਪਣੇ ਗੁੱਸੇ ਨੂੰ ਲੈ ਕੇ ਸੁਰਖੀਆਂ ਚ ਰਹਿੰਦੀ ਹੈ ਜ਼ਿਆਦਾਤਰ ਲੋਕ ਉਹਨਾਂ ਦਾ ਵਿਵਹਾਰ ਪਸੰਦ ਨਹੀਂ ਕਰਦੇ ਜਯਾਵਚਨ ਆਪਣੇ ਗੁੱਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਟਰੋਲ ਵੀ ਹੁੰਦੀ ਹੈ ਇਸੇ ਕੜੀ ਦੇ ਵਿੱਚ ਰਾਜ ਸਭਾ ਮੈਂਬਰ ਜਯਾਵਚਨ ਆਪਣੇ ਗੁੱਸੇ ਦੇ ਕਾਰਨ ਸੋਸ਼ਲ ਮੀਡੀਆ ਦੇ ਵਿੱਚ ਟਰੋਲ ਹੋ ਰਹੀ ਹੈ ਆਸਟ੍ਰੇਲੀਆ ਤੋਂ ਆਏ ਸਿੱਧੂ ਦੇ ਫੈਨ ਨੇ ਖਰੀਦੇ S.Y.L 295 ਨੰਬਰ ਪੋਤ ਲਈ ਪਿਆਰ ਵੇਖ ਕੇ ਬਲਕੌਰ ਸਿੰਘ ਹੋਏ ਭਾਵਕ ਸੋ ਸਿੱਧੂ ਮੂਸੇਵਾਲੇ ਦਾ ਪਿਆਰ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਸੋ ਪ੍ਰਸ਼ੰਸਕ ਉਹਨਾਂ ਦੇ ਗੀਤ ਗੀਤ ਦੀਆਂ 17 59 11 ਟਰੈਕਟਰ ਦਿਖਾਉਣ ਲਈ ਆਉਂਦੇ ਸਨ ਆਸਟ੍ਰੇਲੀਆ ਤੋਂ ਆਇਆ ਨੌਜਵਾਨ ਜਿਸਨੇ ਸਿੱਧੂ ਮੂਸੇਵਾਲਾ ਦੇ ਦੋ ਗੀਤ ਐਸਵਾਈਐਲ ਤੇ 295 ਨੰਬਰ ਆਸਟ੍ਰੇਲੀਆ ਚ ਆਪਣੀ ਗੱਡੀ ਦਾ ਖਰੀਦਿਆ ਸਿੱਧੂ ਦਾ ਪਿਆਰ ਦੇਖ ਕੇ ਉਸਦੇ ਪਿਤਾ ਭਾਵਕ ਹੋ ਗਏ ਕਾਨੂੰਨ ਵਿਵਸਥਾ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਜ ਜੁਹੋਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਗਵਾਈ ਚ ਪੰਜਾਬ ਚ ਕਾਨੂੰਨ ਵਿਵਸਥਾ ਚ ਕਾਫੀ ਸੁਧਾਰ ਹੋਇਆ ਹੈ ਮੁੱਖ ਮੰਤਰੀ ਮਾਨ ਦੀ ਗਵਾਈ ਵਿੱਚ ਪੰਜਾਬ ਚ ਆਮਨ ਕਾਨੂੰਨ ਦੀ ਸਥਿਤੀ ਚ ਕਿਵੇਂ ਸੁਧਾਰ ਹੋਇਆ ਇਸ ਬਾਰੇ ਮੀਡੀਆ ਰਿਪੋਰਟ ਨੂੰ ਟੈਗ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਪਹਿਲਾ ਸ਼ਰਾਰਤੀ ਅੰਸਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਅਗਲੀ ਵੱਡੀ ਖਬਰ ਹੈ ਜੀ ਪੰਜਾਬ ਦੇ ਕੱਚੇ ਦੇ ਆਪਕਾ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸਰਟੀਫਿਕੇਟ ਵੈਰੀਫਿਕੇਸ਼ਨ ਕੰਪ ਲਾ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ 'ਚ ਕਈ ਸਾਲਾਂ ਤੋਂ ਤਨਾਇਤ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜੰਗੀ ਪੱਧਰ ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ ਦੇ ਹੁਕਮ ਅਨੁਸਾਰ ਬਲਾਕ ਸੰਗਰੂਰ 1 ਦੇ ਵਿੱਚ ਅੱਜ ਛੁੱਟੀ ਵਾਲੇ ਦਿਨ ਵੀ ਕੱਚੇ ਅਧਿਆਪਕਾਂ ਦੀ ਸਰਟੀਫਿਕੇਟ ਵੈਰੀਫਿਕੇਸ਼ਨ ਦਾ ਕੰਮ ਚੱਲਦਾ ਰਿਹਾ। ਬੰਦੀ ਸਿੱਖ ਰਹਾ ਕਿਉਂ ਨਹੀਂ ਕੀਤੇ ਜਾਂਦੇ 1966 ਤੋਂ ਬਾਅਦ ਕੋਈ ਇੱਕ ਵੀ ਸਿੱਖ ਮੰਗ ਕਿਉਂ ਨਹੀਂ ਮੰਨੀ ਗਈ ਅਕਾਲੀ ਦਲ ਦੇ ਪ੍ਰਧਾਨ ਨੂੰ ਖਰੀਦਣਾ ਚਾਹ ਪਿਛਲੇ ਹਫਤੇ ਇਸ ਬਾਰੇ ਵਿਚਾਰ ਕਰਦਿਆਂ ਇਸ ਨਤੀਜੇ ਤੇ ਪੁੱਜੇ ਸੀ ਕਿ ਸਰਕਾਰਾਂ ਧਾਰਮਿਕ ਜਥੇਬੰਦੀਆਂ ਦੀ ਮੰਗ ਵੀ ਉਦੋਂ ਮੰਨਦੀਆਂ ਨੇ ਜਦੋਂ ਉਹਨਾਂ ਪਿੱਛੇ ਲੜਨ ਵਾਲੀ ਸਿਆਸੀ ਪਾਰਟੀ ਮਜ਼ਬੂਤ ਹੋਵੇ ਤੇ ਉਸਦੇ ਲੀਡਰ ਨਿਸ਼ਕਾਮ ਅਤੇ ਸਿਰਲੱਤ ਹੋਣ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਰਦਰਸ਼ਨਕਾਰੀਆਂ ਤੇ ਭਾਜਪਾ ਦਫਤਰ ਅੱਗੇ ਕੀਤੀਆਂ ਗਈਆਂ ਪਾਣੀ ਦੀਆਂ ਬਿਛਾੜਾ ਮਹਿਲਾਵਾਂ ਤੇ ਕਈ ਪਾਰਟੀ ਅਹੁਦੇਦਾਰ ਹੋਏ ਗੰਭੀਰ ਜ਼ਖਮੀ ਸਵਾਮ ਆਦਮੀ ਪਾਰਟੀ ਨੇ ਹਿڈن ਬਰਗ ਰਿਪੋਰਟ ਦਾ ਪਰਦਾ ਫਾਸ਼ ਕੀਤਾ ਐਡਾਨੀ ਦੇ ਕੋਟਾਲਿਆਂ ਸੰਬੰਧੀ ਮੋਦੀ ਸਰਕਾਰ ਨੂੰ ਕੇਰਿਆ ਕਿਹਾ ਕਿ ਮੋਦੀ ਐਡਾਨੀ ਕੋਟਾਲਾ ਜਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਕੋਟਾਲਾ ਤੇ ਚੰਡੀਗੜ੍ਹ ਵਿਖੇ ਮੁਖ ਦਫਤਰ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ ਤੇ ਬੁਲਾ ਰਹੇ ਨੇ ਨੀਲਗਰਗ ਡਾਕਟਰ ਸੰਨੀਆ ਲੁਵਾਲੀਆ ਨੇ ਮੋਦੀ ਸਰਕਾਰ ਦੌਰਾਨ ਅਡਾਨੀ ਦੀ ਸੰਪਤੀ 'ਚ ਹੋਏ ਵਾਅਦੇ ਨੂੰ ਲੈ ਕੇ ਭਾਜਪਾ ਦੀਆਂ ਲੋਕਗਤ ਵਿਰੋਧੀ ਪੂੰਜੀਵਾਦੀ ਪੱਕੇ ਨੀਤੀਆਂ ਤੇ ਸਵਾਲ ਖੜੇ ਕੀਤੇ ਨੇ ਜਿਨ੍ਹਾਂ ਨੂੰ ਗਨਮੈਨਾਂ ਦੇ ਲੋਡਸ ਜੀ ਉਹਨਾਂ ਨੂੰ ਸਰਕਾਰ ਨੇ ਗਨਮੈਨ ਹੀ ਦਿੱਤੇ ਸੀਐਮ ਮਾਨ ਤੇ ਉਸਦੇ ਪਰਿਵਾਰ ਨਾਲ ਪੰਜਾਬ ਦੀ ਅੱਧੀ ਪੁਲਿਸ ਤੋਰੀ ਫਿਰਦੀ ਆ ਸੁਖਬੀਰ ਬਾਦਲ ਦਾ ਵੱਡਾ ਬਿਆਨ ਭਗਵੰਤ ਮਾਨ ਦੀ ਪਹਿਲਾ ਕਿਸਾਨ ਨੂੰ ਮਿਲਣੀ ਕਿਸਾਨਾਂ ਦੀਆਂ ਦਿੱਕਤਾਂ ਸੁਣ ਮਾਰਨੇ ਕਰ ਦਿੱਤਾ ਵੱਡਾ ਐਲਾਨ ਸੋ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਇੱਕ ਪਾਸੇ ਜਿੱਥੇ ਬਾਸਪਤੀ ਅਦਯੋਗ ਨੂੰ ਹਲਾਰਾ ਮਿਲੇਗਾ ਉੱਥੇ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇਗਾ ਪਾਣੀ ਦੇ ਰੂਪ 'ਚ ਕੀਮਤੀ ਕੁਦਰਤੀ ਸਰੋਤ ਦੀ ਬਚਤ ਹੋਵੇਗੀ ਨਹਿਰੀ ਪਾਣੀ ਲਈ ਵਿਚਾਰ ਚਰਚਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਦੀ ਨਹਿਰੀ ਪਾਣੀ ਦਾ ਵੱਧ ਤੋਂ ਵੱਧ ਵਰਤੋਂ ਉੱਤੇ ਵਿਚਾਰ ਕਰ ਰਹੀ ਹੈ ਨਵੇਂ ਬਣੇ ਰਾਜਪਾਲਾਂ ਦੀ ਸੂਚੀ 'ਚੋ ਕੈਪਟਨ ਦਾ ਨਹੀਂ ਹੋਇਆ ਜ਼ਿਕਰ ਤੇ ਸਮਰਥਕਾਂ ਦੇ ਵਿੱਚ ਇੱਕ ਸ਼ਾਈ ਖਮੋਸ਼ੀ ਪੀਐਮ ਨਰਿੰਦਰ ਮੋਦੀ ਤੇ ਪ੍ਰਾ ਪੰਕਜ ਮੋਦੀ ਸ਼੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਪੰਕਜ ਮੋਦੀ ਨੇ ਅੰਮ੍ਰਿਤਸਰ ਦੌਰੇ ਨੂੰ ਗੁਪਤ ਰੱਖਿਆ ਗਿਆ ਹੈ ਸੂਬੇ ਦੇ ਚੋਗਿਰਦੇ ਲਈ ਖਤਰੇ ਵਾਲੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ 4452 ਨੂੰ ਨੋਟਿਸ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਪੰਜਾਬ ਦੇ 85 ਅਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਚੁਗਿਰਦੇ ਨੂੰ ਖਤਰੇ ਵਿੱਚ ਪਾ ਰਹੇ ਨੇ ਇਸ ਤੋਂ ਇਲਾਵਾ 4452 ਅਦਯੋਗਿਕ ਖਾਈਆਂ ਨੂੰ ਕਰਨ ਦਸੋਂ ਨੋਟਿਸ ਜਾਰੀ ਕੀਤੇ ਗਏ ਹਨ। ਲੀਬੀਆ ਸੀਮੈਂਟ ਫੈਕਟਰੀ ਬੰਦਕ ਬਣਾ ਕੇ ਰੱਖੇ ਦੋ ਪੰਜਾਬੀਆਂ ਸਣੇ ਚਾਰ ਭਾਰਤੀ ਪਰਦੇਸ ਤੇ ਸ਼ਾਈ ਖੁਸ਼ੀ ਦੀ ਲਹਿਰ ਪੰਜਾਬ ਚ ਆਹ ਤਿੰਨ ਟੋਲ ਪਲਾਜ਼ੇ ਹੋ ਸਕਦੇ ਨੇ ਬੰਦ ਸੀਐਮ ਭਗਵੰਤ ਮਾਨ ਵੱਲੋਂ ਲਿਆ ਜਾਵੇਗਾ ਫੈਸਲਾ ਸੋ ਪੰਜਾਬ ਦੇ ਲੋਕਾਂ ਨਾਲ ਜੁੜੀ ਵੱਡੀ ਖਬਰ ਆ ਤਿੰਨ ਹੋਰ ਟੋਲ ਪਲਾਜ਼ੇ ਬੰਦ ਹੋ ਸਕਦੇ ਨੇ ਹਾਈ ਸਟੇਟ ਹਾਈਵੇ 24 ਪੰਜਾਬ ਬਲਾਚੌਰ ਦਸੂਹਾ ਚ ਸਥਿਤ ਤਿੰਨ ਵੱਖ-ਵੱਖ ਟੋਲ ਪਲਾਜ਼ੇ ਇੱਕ ਮਹੀਨੇ ਤੋਂ ਬੰਦ ਪਏ ਨੇ ਇਸ ਦਾ ਕਾਰਨ ਹੈ ਕਿ ਉਹਨਾਂ ਦੀ ਮਿਆਦ 14 ਫਰਵਰੀ 2023 ਨੂੰ ਖਤਮ ਹੋਣ ਜਾ ਰਹੀ ਹੈ ਤੇ ਸਬੰਧੀ ਚੰਡੀਗੜ੍ਹ ਤੋਂ ਦਸੂਹਾ ਵਾਇਆ ਬਲਾਚੌਰ ਜਾਂਦੇ ਟੋਲ ਪਲਾਜ਼ਾ ਮਾਜਰੀ ਜੱਬੇਵਾਲ ਤੇ ਮਾਨਗੜ ਪਿੰਡ ਦਸੂਖਾ ਦੇ ਨੇੜੇ ਐ ਸੂਬੇ ਦੇ 20 ਜ਼ਿਲ੍ਹਿਆਂ 'ਚ ਬੁਰੀ ਤਰ੍ਹਾਂ ਡਿੱਗਿਆ ਪਾਣੀ ਦਾ ਪੱਧਰ ਹਾਲਾਤ ਹੂਰੇ ਨੇ ਭਿਆਨਕ ਸੋ ਸੋ 23 ਜ਼ਿਲ੍ਹਿਆਂ ਦੇ ਵਿੱਚੋਂ 20 ਜ਼ਿਲ੍ਹਿਆਂ 'ਚ ਤਰਤੀਹੇ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਡਿੱਗਿਆ ਜਿਸ ਕਾਰਨ ਸੂਬਾ ਮਾਰੂਥਲੀ ਕਰਨ ਵੱਲ ਵੱਧ ਰਿਹਾ ਤੇ ਅਗਲੇ ਡੇਢ ਦੇ ਹਾਕੇ ਦੇ ਵਿੱਚ ਇਸ ਨੂੰ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਮਾਟੋ ਨੇ ਦੇਸ਼ ਦੇ 225 ਛੋਟੇ ਸ਼ਹਿਰਾਂ ਨੂੰ ਬੰਦ ਕੀਤਾ ਆਪਣਾ ਕਾਰੋਬਾਰ ਕੰਪਨੀ ਦਾ ਘਾਟਾ 5 ਗੁਣਾ ਵਧਿਆ ਸੋ ਦੇਸ਼ ਦੀ ਆਨਲਾਈਨ ਫੂਡ ਡਿਲੀਵਰੀ ਜੋ ਕੰਮ ਕਰਨ ਵਾਲੀ ਕੰਪਨੀ ਜਮਾਟੋ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪਿਛਲੇ ਮਹੀਨੇ 225 ਸ਼ਹਿਰਾਂ ਦੇ ਵਿੱਚ ਆਪਣੇ ਹੱਥ ਪਿੱਛੇ ਖਿੱਚ ਲਏ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਕਾਰੋਬਾਰ ਬੰਦ ਕਰ ਦਿੱਤਾ ਇਸ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਜਿੱਥੇ ਇਹਨਾਂ ਘਾਟਾ 5 ਗੁਣਾ ਵਧ ਗਿਆ ਹੈ 1000 ਤੋਂ ਵੱਧ ਸ਼ਹਿਰਾਂ ਦੇ ਵਿੱਚ ਕਾਰੋਬਾਰ ਸੀ ਜਿੱਥੇ ਹੁਣ ਇਸ ਨੇ 225 ਸ਼ਹਿਰਾਂ 'ਚੋਂ ਕਾਰੋਬਾਰ ਬੰਦ ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲੀਬੀਆ ਤੋਂ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਪਹਿਲਾ ਜਥਾ ਪੰਜਾਬ ਪਹੁੰਚਿਆ। ਕੁਝ ਸਟੇਸ਼ਨਾਂ 'ਤੇ 6 ਦਿਨਾਂ ਨਹੀਂ ਰੁਕਣਗੀਆਂ ਰੇਲਾਂ ਰੇਲ ਵਿਭਾਗ ਨੇ ਟ੍ਰੇਨਾਂ ਦੇ ਰੂਟ ਬਦਲੇ ਸੋ ਵੱਡੀ ਖਬਰ ਹੈ ਜੀ। ਸੀਰੀਆ ਤੁਰਕੀ ਪਹਚਾਲ ਚ ਮਰਨ ਵਾਲਿਆਂ ਦੀ ਗਿਣਤੀ 29000 ਤੋਂ ਪਾਰ ਯੂਨੈਸਕੋ ਬੋਲਿਆ 50000 ਮੌਤਾਂ ਦਾ ਅਨੁਮਾਨ ਵਿਸ਼ਵ ਬੈਂਕ ਨੇ ਤੁਰਕੀ ਨੂੰ ਦਿੱਤੇ 1.78 ਬਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਤੇ ਅਮਰੀਕਾ ਨੇ ਤੁਰਕੀ ਤੇ ਸੀਰੀਆ ਨੂੰ 85 ਮਿਲੀਅਨ ਡਾਲਰ ਦਾ ਐਲਾਨ ਕੀਤਾ ਜੀ ਭਾਰਤ ਨੇ ਵੀ ਤੁਰਕੀ ਦੀ ਲਗਾਤਾਰ ਮਦਦ ਕਰ ਰਿਹਾ ਜੀ ਰਾਹਤ ਸਮਗਰੀ ਸੈਨਿਕ ਅਤੇ ਡਾਕਟਰਾਂ ਦੀ ਫੌਜ ਨੂੰ ਇੱਕ ਤੋਂ ਇੱਕ ਜਹਾਜ਼ ਦੇ ਰਾਹੀਂ ਉੱਥੇ ਭੇਜਿਆ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੂੜਾ ਦਾ ਅਹਿਮ ਬਿਆਨ ਵੱਡੀ ਖਬਰ ਹੈ ਜੀ ਬੋਨੀ ਅਜਲਾਨ ਨੇ ਕਾਲੀ ਦਲ ਦੀ ਮੈਨ ਮੋਡਲੀ ਐ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਟੀਚਰ ਪੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਅਧਿਆਪਕਾਂ ਦੇ ਪ੍ਰੋਗਰਾਮ ਦੇ ਵਿੱਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਚ ਇੰਨੇ ਪੈਸੇ ਪ੍ਰਤੀ ਜੂਨਟ ਮਹਿੰਗੀ ਹੋ ਸਕਦੀ ਹੈ ਬਿਜਲੀ 175 ਪੈਸੇ ਪ੍ਰਤੀ ਜੂਨਟ ਤੱਕ ਦੁਕਾਨਾਂ ਦਫ਼ਤਰਾਂ ਦੀ ਬਿਜਲੀ ਮਹਿੰਗੀ ਹੋ ਸਕਦੀ ਹੈ April ਦੇ ਪਹਿਲੇ ਹਫ਼ਤੇ ਚ ਨਵੀਆਂ ਬਿਜਲੀ ਦਰਾਂ ਦਾ ਐਲਾਨ ਸੰਭਵ ਹੈ ਅਤੇ ਇਸ ਤਹਿਤ ਵਪਾਰਕ ਸ਼੍ਰੇਣੀ ਦੇ ਦਫ਼ਤਰਾਂ ਦੁਕਾਨਾਂ ਮੌਲਸ ਤੋਂ ਬਿਜਲੀ ਦੇ ਰੇਟ ਪ੍ਰਤੀ ਜੂਨਟ 75 ਪੈਸੇ ਤੱਕ ਵਧਾਏ ਜਾ ਸਕਦੇ ਨੇ ਦੋਸਤੋ ਇਸ ਸੰਸੂਪੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ